ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਕਹਾਣੀ ਸ਼ਬਨਮ 1914 ਦੀ ਲੜਾਈ 'ਚ ਬਸਰੇ ਜਾਣ ਲਈ ਕੁਝ ਇੰਜੀਨੀਅਰ ਦਾਦਰ ਦੇ ਫੌਜੀ ਕੈਂਪ 'ਚ ਜਹਾਜ਼ ਉੱਡਿਖ ਰਹੇ ਸਨ ਅੱਜ ਵੱਡੇ ਦਿਨ ਦੀ ਛੁੱਟੀ ਸੀ ਤੇ ਉਹਨਾਂ ਨੂੰ ਸ਼ਹਿਰ ਜਾਣ ਤੇ ਰਾਤ ਬਾਹਰ ਰਹਿਣ ਦੀ ਖੁੱਲ ਸੀ ਕੈਂਪ ਲਗਭਗ ਖਾਲੀ ਸੀ ਬਹੁਤੇ ਅਫਸਰ ਸਿਪਾਈ ਬੰਬਈ 'ਚ ਸ਼ਹਿਰ ਤਮਾਸ਼ਾ ਵੇਖਣ ਚਲੇ ਗਏ ਸਨ ਪਰ ਇੱਕ ਨੌਜਵਾਨ ਇੰਜੀਨੀਅਰ ਆਪਣੇ ਤੰਬੂ ਚ ਬੈਠਾ ਸਾਰਾ ਦਿਨ ਇੱਕ ਵੇਸਵਾਦੀ ਜੀਵਨ ਕਥਾ ਪੜਦਾ ਰਿਹਾ ਤੇ ਸ਼ਾਮ ਨੂੰ ਜਦੋਂ ਉਸ ਕਿਤਾਬ ਠੱਪੀ ਤਾਂ ਉਹਦੇ ਮੂੰਹ ਚ ਕਿਤਾਬ ਦੇ ਇਹ ਲਫ਼ਜ਼ ਸਨ ਮੇਰੀ ਦੁਨੀਆ ਇਹਦੀ ਝੂਠੀ ਲਾਲੀ ਝੂਠੀ ਮੁਸਕਰਾਹਟ ਝੂਠੇ ਗਹਿਣੇ ਇਹ ਝੂਠੀਆਂ ਕਸਮਾਂ ਦੀ ਦੁਨੀਆ ਕਹਿੰਦੇ ਨੇ ਇਹਨੂੰ ਪ੍ਰੇਮ ਦੀ ਮੰਡੀ ਸੌਦੇ ਹੁੰਦੇ ਨੇ ਇਥੇ ਇਸ਼ਕੇ ਪਿਆਰ ਦੇ ਪਰ ਨਾ ਹੈ ਇਸ਼ਕੇ ਤੇ ਨਾ ਕਿਸੇ ਹੱਟ ਜਾਂ ਚੁਬਾਰੇ ਵਿੱਚ ਲਿਸ਼-ਲਿਸ਼ ਕਰਦੀਏ ਧਰਤੀ ਪ੍ਰਕਾਸ਼ੇ ਦੇ ਵਿੱਚ ਕੋਈ ਤਾਰਾ ਨਹੀਂ ਸਾਥੀਆਂ ਨੇ ਖਾਣੇ ਦੇ ਬਾਅਦ ਥੀਏਟਰ ਵੇਖਣ ਜਾਣ ਲਈ ਆਖਿਆ ਪਰ ਨੌਜਵਾਨ ਇੰਜੀਨੀਅਰ ਨੇ ਨਾ ਕਰ ਦਿੱਤੇ ਸਾਥੀ ਚਲੇ ਗਏ ਤੇ ਉਹਨੂੰ ਮਹਿਸੂਸ ਹੋਣ ਲੱਗਾ ਜੇਕਰ ਵੇਸਵਾ ਦੇ ਸੁੰਨੇ ਆਕਾਸ਼ ਨੇ ਉਹਦੀ ਇਕੱਲਤਾ ਘੁੱਪ ਹਨੇਰੀ ਕਰ ਦਿੱਤੀ ਸੀ ਉਹ ਬਾਹਰ ਨਿਕਲ ਤੁਰਿਆ ਰਾਤ ਦੇ 9 ਵਜ ਚੁੱਕੇ ਸਨ 10 ਵਜੇ ਉਹ ਬੰਬਈ ਦੇ ਵੇਸਵਾ ਬਾਜ਼ਾਰ ਚ ਪਹੁੰਚਿਆ ਪਹਿਲੀ ਜਗਮਗ ਝਾਤੀ ਨੇ ਉਹਦੀਆਂ ਅੱਖਾਂ ਚੁੰਧਿਆ ਦਿੱਤੀਆਂ ਚੁਬਾਰਿਆਂ ਚੁਬਾਰਾ ਤੱਕ ਦਾ ਉਤ ਉਰੀ ਗਿਆ ਨ ਬਾਲਗ ਕੁੜੀਆਂ ਵੀ ਬਾਹਾਂ ਚੁੱਕ ਚੁੱਕ ਵਾਜਾ ਮਾਰ ਰਹੀਆਂ ਸਨ ਇਉਂ ਤਰਲੇ ਕਰਦੀਆਂ ਜਿਵੇਂ ਮੇਲੇ ਦੇ ਅੰਤ ਉੱਤੇ ਕੋਈ ਬੇਨਸੀਬ ਛਾਬੜੀ ਵਾਲਾ ਹਾੜੇ ਕੱਟਦਾ ਚਲੋ ਇੱਕ ਪੈਸੇ ਦੀ ਚੀਜ਼ ਮੇਰੇ ਕੋਲੋਂ ਵੀ ਖਾ ਲਓ ਮੈਂ ਵੀ ਟੱਬਰਦਾਰ ਪਰਦਿਆਂ ਵਾਲੇ ਚੁਬਾਰੇ ਵੀ ਸਨ ਕਿਧਰ ਉਹ ਸੰਗੀਤ ਵੀ ਟੁਣਕ ਰਿਹਾ ਸੀ ਇੱਕ ਬੇਰੌਣਕ ਜੀ ਦੁਕਾਨ 'ਚ ਨਿੰਮਾ ਜਿਹਾ ਲੈਂਪ ਬਾਲ ਕੇ ਦੋ ਇਕੱਠੀਆਂ ਵੀ ਰਾਤ ਦੇ ਪਲ-ਪਲ ਨੂੰ ਹੌਕੇ-ਹੌਕੇ ਨਾਲ ਗਿਣ ਰਹੀਆਂ ਸਨ ਦੋ ਚੱਕਰ ਸੱਜਿਓਂ ਖੱਬੇ ਖੱਬੇਂ ਸੱਜੇ ਉਸ ਨੌਜਵਾਨ ਨੇ ਲਾਏ ਉਹਨੂੰ ਇਉਂ ਜਾਪ ਰਿਆ ਸੀ ਜਿਵੇਂ ਜਗ ਬੰਗਾਉਂਦੇ ਬਾਜ਼ਾਰ 'ਚੋਂ ਦੇ ਮਨ ਦੇ ਆਕਾਸ਼ 'ਚੋਂ ਇੱਕ ਇੱਕ ਕਰਕੇ ਤਾਰੇ ਟੁੱਟਦੇ ਜਾ ਰਹੇ ਸੀ ਉਹਨੇ ਮੁੜਨ ਦਾ ਫੈਸਲਾ ਕਰਕੇ ਗੱਡੀ ਅੱਡੇ ਵੱਲ ਰੁਕ ਕਰ ਲਿਆ ਕਿ ਚੁਬਾਰਿਓਂ ਉਤਰ ਇੱਕ ਵੇਸਵਾ ਦੇ ਰਾਹ 'ਚ ਆਖੜੋਤੀ ਸੀ ਰੁਕ ਗਿਆ ਤੁਸੀਂ ਉੱਤੇ ਨਹੀਂ ਆਓਗੇ ਨੌਜਵਾਨ ਨੇ ਉਹਦੇ ਵੱਲ ਤੱਕਿਆ ਜਾਪਿਆ ਜਿਵੇਂ ਉਹਦੀਆਂ ਅੱਖਾਂ ਉਸ ਕਦੇ ਵੇਖੀਆਂ ਸਨ ਔਹ ਮੈਂ ਤੁਹਾਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਾਂਗੀ ਪਰ ਮੈਂ ਖੁਸ਼ ਹੋਣ ਦੀ ਗਰਜ ਨਾਲ ਇੱਥੇ ਨਹੀਂ ਆਇਆ ਜਿਸ ਵੀ ਗਰਜ ਨਾਲ ਆਇਓ ਪੂਰੀ ਕਰਨ ਲਈ ਜੋ ਵੀ ਚਾਹੋਗੇ ਕਰਾਂਗੇ ਕੋਈ ਤਰਲਾਸੀ ਉਹਦੀ ਆਵਾਜ਼ ਵਿੱਚ ਨੌਜਵਾਨ ਬਿਨਾ ਮੂੰਹ ਬੋਲੇ ਉਹਦੇ ਮੂੰਹ ਵੱਲ ਤੱਕ ਕੇ ਗਿਆ ਵੇਸਵਾ ਨੇ ਜਾਪਤਾ ਕਿ ਉਹਨੇ ਉਹਨੂੰ ਪਸੰਦ ਨਹੀਂ ਕੀਤਾ ਤੇ ਵੇਸਵਾ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ ਪਰ ਜੇ ਤੁਸੀਂ ਵੀ ਅੱਜ ਮੇਰੇ ਕੋਲ ਨਾ ਆਏ ਤਾਂ ਪਤਾ ਨਹੀਂ ਕੱਲ ਮੈਨੂੰ ਕੀ ਕਰਨਾ ਪਵੇ ਦੋ ਮਹੀਨਿਆਂ ਦਾ ਕਿਰਾਇਆ ਇਸ ਬਾਰੇ ਦਾ ਮੈਂ ਦੇ ਨਹੀਂ ਸਕੇ છોકરી ਦੀ ਤਨਖਾਹ ਵੀ ਦੇਣ ਵਾਲੀ ਹੈ بیگم ماں ਮੈਨੂੰ ਰੋਜ਼ ਸ਼ਰਮਾਉਂਦੀ ਹੈ ਨਹੀਂ ਆਉਗੀ ਇੰਜੀਨੀਅਰ ਬੁਲਿਆ ਨਾ ਪਰ ਉਹਦੇ ਮੂੰਹ ਤੋਂ ਵੇਸਵਾ ਨੇ ਕੋਈ ਆਸ ਪੜ ਲਈ ਉਹ ਖੁਸ਼ ਹੋ ਕੇ ਭੌਂ ਪਈ ਪਰ ਉਹ ਅਜੇ ਵੀ ਖੜੋਤਾ ਹੀ ਰਿਹਾ ਵੇਸਵਾ ਨੇ ਭੌਂ ਕੀ ਤੱਕਿਆ ਆ ਉਹਦੀ مایوسی ਵੇਖ ਕੇ ਨੌਜਵਾਨ ਨੇ ਸਭ ਸੋਚਾਂ ਛੱਡ ਦਿੱਤੀਆਂ ਤੇ ਉਹਦੇ ਪਿੱਛੇ ਹੋ ਪਿਆ ਜੁਬਾਰੇ ਚ ਕਾਨਿਆਂ ਦੇ ਦੋ ਢੋ ਵਾਲੇ ਮੋੜੇ ਸਨ ਗੱਡੀਆਂ ਵੇਸਵਾ ਨੇ ਦੱਸਿਆ ਕਿ ਉਹ ਸਾਫ ਕੱਡੀਆਂ ਹੋਈਆਂ ਸਨ ਇਕ ਵੱਡਾ ਸ਼ੀਸ਼ਾ ਕਮਰਾ ਮਾੜਾ ਨਹੀਂ ਸੀ ਪਰ ਨੌਜਵਾਨ ਨੇ ਚੀਜ਼ਾਂ ਵੱਲ ਬਹੁਤਾ ਨਾ ਧੱਕਿਆ ਉਹਦੀ ਨੀਜ ਵੇਸਵਾ ਦੇ ਦਿਲ ਦੀ ਦੁਨੀਆ ਉੱਤੇ ਸੀ ਵੇਸਵਾ ਨੇ ਪੁੱਛਿਆ ਕੁਝ ਪੀਏਗਾ بیگم ماں ਨੇ ਕਿ ਚੰਗੀ ਜੀ ਬੋਤਲ ਖਾਸ ਮਹਿਮਾਨਾਂ ਲਈ ਉਹਨੂੰ ਦਿੱਤੀ ਹੋਈ ਸੀ ਪਰ ਇੱਕ ਨੁਕਰੇ ਸਟੂਲ ਤੇ ਮਿੱਟੀ ਦੀ ਸੁਰਾਈ ਧਰੀ ਵੇਖ ਕੇ ਨੌਜਵਾਨ ਨੇ ਉਹਦੇ ਵਿੱਚੋਂ ਦੋ ਘੁੱਟ ਮੰਗ ਲਏ ਸ਼ੀਸ਼ੇ ਦਾ ਜੱਗ ਨਾ ਲੈ ਸਕਣ ਕਰਕੇ ਮੈਂ ਜੀ ਸੁਰਾਈ ਹੀ ਵਰਤ ਰਹੀ ਹਾਂ ਖਾਲੀ ਠੰਡਾ ਪਾਣੀ ਪੀਓਗੇ ਮਿੱਟੀ ਦੀ ਸੁराई ਮੇਰੇ ਲਈ ਪੂਰਾ ਮੈ ਖਾਨਾ ਹੈ ਮਿੱਟੀ ਦੀ ਸੁराई ਚੋਂ ਕਦੇ ਪੀਤੇ ਪਾਣੀ ਦਾ ਸਰੂਰ ਅਜੇ ਤੱਕ ਮੇਰੇ ਵਿੱਚ ਹੈ ਤੇਰਾ ਨਾਂ ਕੀ ਹੈ ਉਸ ਆਪਣਾ ਰੌਂ ਬਦਲਣ ਲਈ ਪੁੱਛਿਆ ਬੇਗਮਾ ਦੇ ਘਰ ਮੈਨੂੰ ਸ਼ਮਸਾ ਬੁਲਾਉਂਦੇ ਹਨ ਪਰ ਸ਼ਮਸਤੀ ਕੋਈ ਕਿਰਨ ਤੇਰੀਆਂ ਅੱਖਾਂ ਚ ਨਹੀਂ ਤੇਰੀਆਂ ਪਲਕਾਂ ਚ ਲੁਕਾਏ ਰਾਤ ਦੇ ਮੋਤੀਆਂ ਵਲ ਵੇਖ ਜੇ ਮੈਂ ਤੇਰਾ ਨਾਂ ਰੱਖਣਾ ਹੁੰਦਾ ਤਾਂ ਮੈਂ ਤੈਨੂੰ ਸ਼ਬਨਮ ਆਖਦਾ ਤੁਸੀਂ ਅੱਜ ਮੈਨੂੰ ਸ਼ਬਨਮ ਹੀ ਆਖੋ ਪਰ ਹਰ ਕਿਸੇ ਦੇ ਸਾਹਮਣੇ ਮੇਰੀਆਂ ਅੱਖਾਂ ਇਸ ਤਰ੍ਹਾਂ ਨਹੀਂ ਹੁੰਦੀਆਂ ਚੰਗਾ ਸ਼ਬਨਮ ਜੇ ਤੂੰ ਮੈਨੂੰ ਆਪਣੀ ਕਹਾਣੀ ਸੁਣਾਵੇਂ ਇਹ ਤੇਰੀ ਕਹਾਣੀ ਹੀ ਮੇਰੀ ਗਰਜ਼ ਸੀ ਜਿਹਦੇ ਲਈ ਮੈਂ ਤੇਰੇ ਇਸ ਬਾਜ਼ਾਰ ਦੇ ਇਨੇ ਚੱਕਰ ਲਾਏ ਤੇ ਤੂੰ ਆਖਿਆ ਸੀ ਜਿਹੜੀ ਗਰਜ਼ ਮੈਂ ਦੱਸਾਂ ਤੂੰ ਪੂਰੀ ਕਰੇਂਗੀ ਮੇਰੀ ਕਹਾਣੀ ਵਿਸਵਾ ਨੇ ਹੈਰਾਨ ਹੋ ਕੇ ਆਖਿਆ ਹਾਂ ਸ਼ਬਨਮ ਤੇਰੀ ਕਹਾਣੀ ਅਣਗਿਣਤ ਪਾਤਰਾਂ ਦੀ ਕਹਾਣੀ ਪਰ ਜਿਹਨੂੰ ਵਿਰਲੇ ਕਿਸੇ ਸੁਣਾਇਆ ਤੇ ਟਾਂਵੇਂ ਕਿਸੇ ਸਮਝਿਆ ਇਹੀ ਕਹਾਣੀ ਹੋ ਸਕਦੀ ਹੈ ਸਾਡੇ 16 ਬਰੇ ਮੇਰੀ ਉਮਰ ਮਾਪਿਆਂ ਦਾ ਮੈਨੂੰ ਪਤਾ ਨਹੀਂ ਬੀگم ਮਾਂ ਦੇ ਘਰ ਦੀ ਸੇਵਾ ਕੋਈ ਘਰ ਮੈਂ ਡਿੱਠਾ ਨਹੀਂ ਇਸ ਘਰ ਜਦੋਂ ਮੈਂ ਆਈ ਸਭ ਤੋਂ ਛੋਟੀ ਸੀ ਮੈਂ ਵੱਡੀ ਹੁੰਦੀ ਗਈ ਮੈਥੋਂ ਛੋਟੀਆਂ ਹੋਰ ਆਉਂਦੀਆਂ ਗਈਆਂ ਪਤਾ ਨਹੀਂ ਕਿੱਥੋਂ ਤੇ ਵੱਡੀਆਂ ਚਲੀਆਂ ਜਾਂਦੀਆਂ ਰਹੀਆਂ ਪਤਾ ਨਹੀਂ ਕਿੱਥੇ ਤੇ ਜਦੋਂ ਕੋਈ ਵੱਡੀ ਜਵਾਨ ਹੋ ਜਾਂਦੀ ਸੀ ਬੀگم ਮਾਂ ਕੁਝ ਮਹੀਨੇ ਉਹਨੂੰ ਅਨੁਵਿੱਧਾ ਮੋਤੀ ਕਹਿ ਕੇ ਬੁਲਾਉਂਦੀ ਸੀ ਫਿਰ ਇੱਕ ਦਿਨ ਘਰ ਚ ਬੜੀ ਗਹਿਮਗਮੀ ਹੁੰਦੀ ਖਾਣੇ ਪੱਕਦੇ ਸਾਨੂੰ ਨਵੇਂ ਕੱਪੜੇ ਮਿਲਦੇ ਬੇਗਮਾਂ ਕਹਿੰਦੀ ਅਨਵਿੱਧਾ ਮੋਤੀ ਉਸ ਰਾਤ ਕਿਸੇ ਪ੍ਰੇਮਤਾਰ ਚ ਪਰੋਤਾ ਜਾਏਗਾ ਦੂਜੇ ਦਿਨ ਉਹ ਮੋਤੀ ਸਾਡੇ ਘਰੋਂ ਚਲਾ ਗਿਆ ਹੁੰਦਾ ਮੇਰੀ ਵਾਰੀ ਵੀ ਆਈ ਅਨਵਿੱਧਾ ਮੋਤੀ ਮੈਨੂੰ ਸਾਰੇ ਆਖਣ ਲੱਗੇ ਮੇਰੇ ਕੱਪੜੇ ਚੰਗੇ ਮੇਰੀ ਖੁਰਾਕ ਚੰਗੀ ਮੈਂ ਜਾਤਾ ਮੇਰੇ ਸੁਨੇ ਦਿਲ ਚ ਕੋਈ ਉਛਾਲਾ ਆਏਗਾ ਪਰ ਮੌਕੇ ਉੱਤੇ ਮੇਰੀ ਜਿੰਦ ਦਾ ਇੱਕ ਕੰਡਾ ਵਹਿ ਕੇ ਸਾਗਰ ਚ ਡਿੱਗ ਪਿਆ ਤੇ ਕਿੰਨਾ ਚੇ ਮੇਰੇ ਦਿਲ ਸਾਗਰ ਦਾ ਪਾਣੀ ਮਿੱਟੀ ਉਹ ਮਿੱਟੀ ਹੋਇਆ ਰਿਆ ਦੂਜੇ ਦਿਨ ਮੈਂ ਇਸ ਬਾਰੇ ਵਿੱਚ ਬਿਠਾ ਦਿੱਤੀ ਗਈ ਚਾਰ ਮਹੀਨੇ بیگم ਦੇ ਮਾਂਵਾਰੀ 50 ਕਿਰਾਇਆ ਤੀ ਛੋਕਰੀ ਦੀ ਤਨਖਾਹ 10 ਫੁੱਕ ਧਾ ਕੇ ਮੈਂ ਗੁਜ਼ਾਰਾ ਕਰਦੀ ਰਹੀਆਂ ਪਰ ਦੋ ਮਹੀਨਿਆਂ ਤੋਂ ਪਤਾ ਨਹੀਂ ਮੇਰੀ ਸ਼ਕਲ ਤੇ ਬੋਲ ਚ ਕਿਉਂ ਕੋਈ ਖਿੱਚ ਨਹੀਂ ਰਹੀ ਇਸ ਮਹੀਨੇ ਮਸਾ 80 ਆਏ ਜਿਨ੍ਹਾਂ ਚੋਂ 50 ਆਪਣੇ بیگم ਮਾਂ ਲੈ ਗਈ ਬਾਕੀ ਨਾਲ ਮਸਾ ਜਿਉਂਦੀ ਰਹਿ ਰਹੀਆਂ ਇਹ ਹੈ ਮੇਰੀ ਸਾਰੀ ਕਹਾਣੀ ਇਹਦੇਚ ਕੋਈ ਰੁੱਸਣਾ ਨਹੀਂ ਕੋਈ ਮਨਾਉਣਾ ਨਹੀਂ ਕੋਈ ਸਖੀ ਨਹੀਂ ਕੋਈ ਸਾਜਨ ਨਹੀਂ ਅਣਵਿੱਧੇ ਮੋਤੀ ਬੇਗਮਾਂ ਤੇ ਉਰਦੂ ਪੜਾਉਣ ਵਾਲਾ ਇੱਕ ਬੁੱਢਾ ਮੌਲਵੀ ਦੋ ਚਾਰ ਗਜ਼ਲਾਂ ਦੀਆਂ ਸੁਰਾਂ ਸਿਖਾਉਣ ਵਾਲਾ ਹਾਫਿਜ਼ ਉਸਤਾਦ ਇੱਕ ਕਹਾਣੀ ਸੁਣਾ ਕੇ ਵੇ ਸਵਾ ਆਪਣੇ ਅੰਦਰ ਕੋਈ ਅਨੋਖੀ ਤਸੱਲੀ ਮਹਿਸੂਸ ਕਰ ਰਹੀ ਸੀ ਉਹਦੇ ਚਿਹਰੇ ਦੇ ਨਕਸ਼ਾ ਉੱਤੇ ਨੌਜਵਾਨ ਨੂੰ ਆਰਾਮ ਜਿਹਾ ਦਿਸਿਆ ਉਹਨੇ ਮੂੜਾ ਉਹਦੇ ਨੇੜੇ ਖਿੱਚ ਲਿਆ ਤੇ ਆਪਣਾ ਆਪਣੇ ਹੱਥੋ ਦੀ ਦੋਹਾਂ ਮੋਢਿਆਂ ਤੇ ਰੱਖ ਤੇ ਇਹ ਤੇਰੇ ਸਿਰਫ 16 ਵਰਿਆਂ ਦੀ ਕਹਾਣੀ ਐ ਨੌਜਵਾਨ ਨੇ ਵਿਸ਼ਵਾ ਦੀਆਂ ਅੱਖਾਂ 'ਚ ਤੱਕਿਆ ਉਹਨਾਂ 'ਚ ਕੋਈ ਹੰਝੂ ਨਹੀਂ ਸੀ ਕੋਈ 16 ਵਰੇ ਤੂੰ ਹੋਰ ਜੀਏਂਗੀ ਤੇਰੇ ਵਰਗੀਆਂ ਅੱਖਾਂ ਦੀ ਕਹਾਣੀ ਕਦੇ ਛੋਟੀ ਨਹੀਂ ਹੁੰਦੀ ਮੇਰੇ ਕੋਲ ਵੀ ਇੱਕ ਕਹਾਣੀ ਐ ਸ਼ੁਰੂ ਹੁੰਦਿਆਂ ਹੀ ਇਹ ਕਹਾਣੀ ਮੁੱਕ ਗਈ ਪਰ ਯਾਪਦਾ ਇੰਜ ਏ ਜਿਵੇਂ ਮੇਰੇ ਹਰ ਕਦਮ ਉੱਤੇ ਛਿੜੀ ਰਹਿੰਦੀ ਐ ਵਿਸ਼ਵਾ ਦੀਆਂ ਅੱਖਾਂ ਚੌੜੀਆਂ ਖੁੱਲ ਗਈਆਂ ਕੋਈ ਆਪਣੇ ਦਿਲ ਦੀ ਕਹਾਣੀ ਸੁਣਾਏਗਾ ਉਨੇ ਨੌਜਵਾਨ ਦੇ ਨੇੜੇ ਹੋਣ ਦਾ ਯਤਨ ਕੀਤਾ ਉਹਦੇ ਮੋਢੇ ਨੌਜਵਾਨ ਦੇ ਹੱਥਾਂ 'ਚ ਦੋ ਕੂਲੀਆਂ ਘੁਗੀਆਂ ਵਾਂਗ ਧਰ ਕੇ ਰਹੇ ਸਨ ਮਿੱਠੀ ਜੀ ਕੁਟਤ ਸੀ ਹੱਥਾਂ 'ਚ ਨਿਮਾ ਜਿਹਾ ਹੰਗਾਰਾ ਸੀ ਮੋਢਿਆਂ 'ਚ ਛੇ ਵਰੇ ਹੋਏ ਮੈਂ ਤੇਰੇ ਜਿੱਡਾ ਸੀ ਸ਼ਬਨਮ ਠੀਕ ਤੇਰੇ ਜਿੱਦੀ ਕੁੜੀ ਉਦੋਂ ਮੇਰੇ ਰਾਹੋਂ ਲੰਗੀ ਉਹਦੀਆਂ ਅੱਖੀਆਂ ਤੇਰੇ ਵਰਗੀਆਂ ਸਨ ਫੁੱਲਾਂ ਵਰਗੀਆਂ ਨਿਰਮਲ ਤਾਰਿਆਂ ਦੀ ਪਿੰਨੀ ਰਾਤ ਵਰਗੀਆਂ ਚਾਨਣੀਆਂ ਆਪ ਮੁਹਾਰੇ ਵੇਸਵਾ ਦੇ ਮੂੰਹ ਉਹ ਨਿਕਲਿਆ ਤੇ ਇੱਕ ਖਿੰਲਈ ਉਹਦੀਆਂ ਅੱਖਾਂ ਮਿੱਟੀਆਂ ਗਈਆਂ ਜਦ ਖੁੱਲੀਆਂ ਤਾਂ ਨੌਜਵਾਨ ਕਹਿ ਰਿਆ ਸੀ ਉਹਦੇ ਨਕਸ਼ਾ ਉੱਤੇ ਖੁਸ਼ ਕਰਨ ਦੀ ਤਾਂਗ ਦੇ ਇੱਕ ਮਠਾਸ ਖਿਲਾਰੀ ਹੋਈ ਸੀ ਜ਼ਿਕਰ ਤੇਰਿਆਂ ਉੱਤੇ ਤੇ ਉਹਨੇ ਉਹਦੀ ਠੋਡੀ ਨੂੰ ਆਪਣੇ ਪੋਟਿਆਂ ਚ ਫੜਿਆ ਉਹ ਉਹ ਵੇਸਵਾ ਦੀਆਂ ਪਲਕਾਂ 'ਚ ਮੋਤੀ ਉੱਤੇ ਮੋਤੀ ਗੋਲ ਹੁੰਦਾ ਤੇ ਝੋਲੀ 'ਚ ਡਿੱਗ ਜਾਂਦਾ ਮੈਂ ਕਦੇ ਉਹਨੂੰ ਇੰਨਾ ਵੀ ਨਹੀਂ ਸੀ ਛੂ ਸਕਿਆ ਜਿੰਨਾ ਅੱਜ ਤੈਨੂੰ ਪਰ ਉਹ ਮੇਰੀ ਰੂਹ 'ਚ ਰਚ ਗਈ ਜਿਵੇਂ ਦੋ ਨਦੀਆਂ ਇੱਕ ਸੰਗਮ 'ਚ ਮਿਲੀਆਂ ਪਰ ਮਿਲੇ ਪਾਣੀਆਂ ਨੂੰ ਖੰਡੇ ਢਲ ਨਾ ਸਕੇ ਇੱਕ ਖੱppa ਰੁੜ ਗਿਆ ਫਿਰ ਦੋ ਨਦੀਆਂ ਚ ਪਾਣੀ ਵਹਿ ਗਏ ਹਮੇਸ਼ਾ ਵਿਚੁੰਨੇ ਰਹੇ ਪਰ ਕਿੰਨਾ ਇਹਦਾ ਉਹਦੇ ਵਿੱਚ ਤੇ ਕਿੰਨਾ ਉਹਦਾ ਇਹਦੇ ਵਿੱਚ ਪਾਣੀ ਰਲ ਗਿਆ ਕਿਸੇ ਨਿਰਣਾ ਨਹੀਂ ਕਰ ਸਕਣਾ ਨੇੜੇ-ਨੇੜੇ ਆਉਂਦੀ ਬੇਸਵਾ ਨੇ ਉਹਦਾ ਆਪਣਾ ਸਿਰ ਨੌਜਵਾਨ ਦੀ ਝੋਲੀ 'ਚ ਧਰ ਦਿੱਤਾ ਨੌਜਵਾਨ ਨੇ ਉਹਦੇ ਕੇਸਾਂ ਉੱਤੇ ਆਪਣੇ ਬੁੱਲ ਧਰ ਦਿੱਤੇ ਉਹਦੀ ਪਿੱਠ ਉੱਤੇ ਹੱਥ ਫੇਰਿਆ ਉਹਦੇ ਪੋਟਿਆਂ ਹੇਠੋਂ ਤੱਕ-ਤੱਕ ਕਰਦੀ ਹੋਈ ਰੋਂ ਦੇ ਅੰਦਰ ਧਸਦੀ ਜਾ ਰਹੀ ਸੀ ਉਹਦਾ ਸਿਰ ਨੌਜਵਾਨ ਨੇ ਆਪਣੀ ਝੋਲੀ 'ਚ ਛੋ ਚੁੱਕਿਆ ਖੜੋ ਗਿਆ ਵੇਸਵਾ ਨੂੰ ਵੀ ਉਹਨੇ ਆਪਣੇ ਨਾਲ ਖੜਾ ਕਰ ਲਿਆ ਇੱਕ ਹੱਥ ਉਹਦੇ ਮੋਢੇ ਉੱਤੇ ਰੱਖ ਕੇ ਉਹ ਆਪਣੇ ਨਾਲ ਨਿੱਕੇ ਨਿੱਕੇ ਕਦਮੀ ਤੁਰਨ ਲੱਗ ਪਿਆ ਵੱਡੇ ਸ਼ੀਸ਼ੇ ਦੇ ਸਾਹਮਣੇ ਕਈ ਚੱਕਰ ਉਹਨਾਂ ਲਾਏ ਜਦੋਂ ਸ਼ੀਸ਼ੇ ਕੋਲੋਂ ਦੇ ਵੇਸਵਾ ਕੁਝ اٹਕ ਜਾਂਦੀ ਜਿਵੇਂ ਉਸ ਤਰ੍ਹਾਂ ਦਾ ਅਕਸ ਉਹਨੂੰ ਚੰਗਾ ਲੱਗਦਾ ਸੀ ਉਹ ਦੋਵੇਂ ਮੋਢਿਆਂ ਤੇ ਬਹਿ ਗਏ ਮੇਰੇ ਨਾਲ ਤਾਸ਼ ਖੇਡेंगी ਸ਼ਬਨਮ ਪਰ ਮੈਨੂੰ ਤਾਂ ਇੱਕੋ ਰੰਗ ਮੱਲਣ ਵਾਲੀ ਖੇਡ ਆਉਂਦੀ ਹੈ ਨਵੀਂ ਖੇਡ ਮੈਂ ਤੈਨੂੰ ਸਿਖਾਵਾਂਗਾ ਇੱਕ ਨੋਟ ਤੇ ਰੁਕਾ ਨੌਜਵਾਨ ਨੇ ਵੇਸਵਾ ਦੇ ਛੋਕਰੇ ਨੂੰ ਦਿੱਤਾ ਉਹ ਬਾਜ਼ਾਰ ਸਾਰੀ ਰਾਤ ਖੁੱਲਾ ਰਹਿੰਦਾ ਸੀ ਛੋਕਰਾ ਦੋ ਤਾਸ਼ ਤੇ ਦੋ ਕਾਉਂਟਰ ਲੈ ਆਇਆ ਵੇਸਵਾ ਬਲਾ ਦੀ ਸਮਝਦਾਰ ਸੀ ਦੋ ਬਾਜ਼ੀਆਂ ਵਿੱਚ ਹੀ ਬਿਜ਼ੀਕ ਦੀ ਖੇਡ ਸਿੱਖ ਗਈ ਕਿੰਨੀ ਰਾਤ ਉਹ ਖੇਡਦੇ ਰਹੇ ਵੇਸਵਾ ਨੂੰ ਬੜਾ ਸੁਆਦ ਆ ਰਿਹਾ ਸੀ ਇਹੋ ਜਿਹੀਆਂ ਘੜੀਆਂ ਕਿਸੇ ਦੇ ਵੀ ਜੀਵਨ 'ਚ ਬਹੁਤੀਆਂ ਨਹੀਂ ਹੁੰਦੀਆਂ ਐਨ ਸਿਖਰ ਉੱਤੇ ਬਹੁਤਾ ਚਿਰ ਹੇਠਾਂ ਨਹੀਂ ਝੱਕਿਆ ਜਾਂਦਾ ਨੌਜਵਾਨ ਨੇ ਘੜੀ ਵੇਖੀ 3 ਵਜਣ ਵਾਲੇ ਸਨ ਵੇਸਵਾ ਮੰਨੇ ਨਾ ਅੱਖੇ ਅਜੇ 2 ਘੰਟੇ ਆਇਆਂ ਨੂੰ ਹੋਈ ਨਹੀਂ ਪਰ ਘੜੀ ਦੀ ਗੱਲ ਮੰਨਣੀ ਪਈ ਤੇ ਵੇਸਵਾ ਆਪਣੀ ਅੱਖਾਂ ਠੱਲ ਨਾ ਸਕੇ ਉਹ ਚਲਾ ਜਾਏਗਾ ਦਿਨ ਚੜ ਜਾਏਗਾ ਉਫ 16 ਮਰਿਆਂ ਚ ਜ਼ਿੰਦਗੀ ਦੇ ਸਿਰਫ 4 ਘੰਟੇ ਕੱਲ ਕੀ ਕਰਾਂਗੀ ਇਹ ਮੇਰੀ ਦੁਨੀਆ ਨਹੀਂ ਮੈਂ ਇਹਦੇ 'ਚ ਹੁਣ ਰਹਿ ਨਹੀਂ ਸਕਾਂਗੀ ਮੇਰੀ ਦੁਨੀਆ ਉਸ ਤੁਹਾਡੀਆਂ ਤੁਹਾਡੀ ਸੋਹਣੀ ਅੱਖਾਂ ਵਾਲੀ ਕੁੜੀ ਦੀ ਦੁਨੀਆ ਉਹ ਤੁਹਾਡੇ ਰਾਹੋਂ ਲੰਗੀ ਤੁਸੀਂ ਉਹ ਨਾ ਰਹੇ ਤੁਸੀਂ ਮੇਰੇ ਰਾਹੋਂ ਲੰਗੇ ਤਾਂ ਵੀ ਉਹ ਨਹੀਂ ਰਹੀ ਮੇਰੇ ਵੀ ਮਾਪੇ ਹੋਣਗੇ ਇਹ ਬੇਗਮ ਮੇਰੀ ਮਾਂ ਨਹੀਂ ਇਹ ਕਿਸੇ ਦੀ ਵੀ ਮਾਂ ਨਹੀਂ ਇਹਦੇ ਘਰ ਵਿੱਚ ਮੇਰੇ ਵਰਗੀਆਂ ਕਈ ਕੁੜੀਆਂ ਮਾਪਿਆਂ ਕੋਲੋਂ ਖੋਈਆਂ ਚੁਰਾਈਆਂ ਪ੍ਰੇਮ ਮਾਲਾ 'ਚ ਪਰੋਤੀਆਂ ਨਹੀਂ ਕੰਮਕੋਹਾੜੇ ਨਾਲ ਚੂਰ ਕੀਤੀਆਂ ਗਈਆਂ ਇੱਕ ਦਿਨ ਵੀ ਹੋਰ ਇੱਥੇ ਰਹਿਣਾ ਮੇਰੇ ਲਈ ਮੁਮਕਿਨ ਨਹੀਂ ਰਿਹਾ ਮਰ ਜਾਵਾਂਗੀ ਕਿਤੇ ਤੇ ਵੈਸਵਾ ਇੰਜੀਨੀਅਰ ਦੇ ਗੱਲ ਨਾਲ ਲੱਗ ਗਈ ਉਹਦੇ ਹੌਕੇ ਇੰਜੀਨੀਅਰ ਦੇ ਦਿਲ 'ਚ ਧੜਕ ਰਹੇ ਸਨ ਪਰ ਭਾਵੇਂ ਉਮਰ ਦਾ ਉਹ ਏਡਾ ਵੱਡਾ ਨਹੀਂ ਸੀ ਤੇ ਉਹਨੇ ਆਪਣੇ ਬਰੇ ਜੀਵੇ ਡੂੰਗੀ ਤਨਨ ਜੀਵੇ ਸਨ ਉਹ ਜ਼ਿੰਦਗੀ ਦੀਆਂ ਹੱਦਾਂ ਤੋਂ ਅਨਜਾਨ ਨਹੀਂ ਸੀ ਅਨਹੋਣਾ ਕੋਈ ਲਾਰਾ ਦੇਣਾ ਤੇਰੇ ਨਾਲ ਬੇਇਨਸਾਫੀ ਕਰਨਾ ਸ਼ਬਨਮ ਇਹ ਸਾਡੀ ਦੁਨੀਆ ਖੋਟੇ ਸਿੱਕਿਆਂ ਦੀ ਮੰਡੀ ਹੈ ਮੈਂ ਵਿਆਹਿਆ ਹੋਇਆ ਹਾਂ ਸੌ ਕਦਰਾਂ ਤੇ ਕੀਮਤਾਂ ਨਾਲ ਵੱਜਾ ਹੋਇਆ ਤੇਰੇ ਲਈ ਮੈਂ ਕਰ ਬਹੁਤਾ ਕੁਝ ਨਹੀਂ ਸਕਣਾ ਨੌਜਵਾਨ ਨੌਜਵਾਨ ਦੇ ਲਫ਼ਜ਼ਾਂ 'ਚ ਡੂੰਗੀ ਹਸਰਤ ਸੀ ਬਹੁਤ ਕੁਝ ਤੇ ਤੂੰ ਸਾਂ ਹੁਣੇ ਹੀ ਕਰ ਦਿੱਤਾ ਮੈਂ ਉਹ ਨਹੀਂ ਰਹੀ ਵੇਸਵਾ ਦੇਣੇ ਸ਼ਬਦਾਂ ਨੇ ਨੌਜਵਾਨ ਦੇ ਰੋਂ ਵਿੱਚੋਂ ਹਸਰਤ ਕੱਢ ਸੁਟੀ ਜ਼ਿੰਦਗੀ ਦੀ ਸੜਕ ਉੱਤੇ ਉਮੀਦਾਂ ਤੋਂ ਨਾ ਵਕਫ ਇੱਕ ਹਮਸਫਰ ਨੂੰ ਉਹਨੇ ਹੌਸਲਾ ਦੇਣਾ ਚਾਹਿਆ ਧੰਨਵਾਦ ਚਲਦਾ